एक्सप्रेस प्रोग्राम च थोड़ा सब दा स्वागत है। कमल हॉस्पिटल मल्टी स्पेशलिटी एंड एक्सीडेंट केयर सेंटर जो कि नकोदर विखे है, यह हस्पताल मरीजा ले एक वरदान है। दूरों दूरों मरीज इथे आके अपना इलाज करवांदे ने। इस हस्पताल विच आयुष्मान कार्ड होल्डरां लई मुफ्त इलाज दी सुविधा भी उपलब्ध है। इस अस्पताल विच डिजिटल एक्सरे दी सुविधा भी उपलब्ध है। सारी टीम ने डॉक्टर कमलजीत सिंह जी नाल गलबात कीती जो कि MBBS MS ने ते ऑपरेशना दे माहिर ने। डॉक्टर कमलजीत जी ने सानू कमल हॉस्पिटल बारे विस्तृत जानकारी दिती। आओ लेके चलदे आं थानू कमल हॉस्पिटल नकोदर ते करदे आं गलबात डॉक्टर कमलजीत सिंह नाल। दर्शकों हेल्थ प्लस प्रोग्राम च तुहाडा स्वागत है। अज असीं आए हां डॉक्टर कमलजीत, कैसा नाम जिहड़ा पिछले लंबे समय तो कमल हॉस्पिटल विखे अपनियां सर्विसां दे रहे ने। दसा उस समय दीआं सर्जरीआं जदों के ओपन सर्जरीज हुंदीआं सीगीआं, जदों तुसीं ओह स्टार्ट कीतीआं, तुहाडा हत्थ उच वी साफ है और लैप्टोस्कोपिक सर्जन के तौर पर भी तुसीं सेवा कर रहे हो, की कहना चाहोगे कि कितना चेंज आ गई उस समय दे विच जदों तुसीं स्टार्ट कीती आपणी प्रैक्टिस और अज असीं देख रहे हां कि हर्ट ऑफ दी नकोदर जिहड़ा स्थित है हॉस्पिटल जिहड़ा कि लोकां दी आस्था दा केंद्र बन चुका है। मैं डॉक्टर कमलजीत सिंह, सब तो पहला तो मैं तुहानूं सारिआं नूं धन्यवाद करदा पंजाब चैनल वाले दा, पंजाब प्लस चैनल वाले दा। तुसीं मैनूं सवाल कीता है कि ਤੁਸੀਂ ਕਾਫੀ ਦੇਰ ਤੋਂ ਇਸ ਏਰੀਏ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ। ਮੈਂ ਸਾਨੂੰ 1990 ਤੋਂ ਲੈ ਕੇ ਅੱਜ ਤੱਕ ਇਸ ਏਰੀਏ ਦੇ ਵਿੱਚ ਅਸੀਂ, ਮੈਂ ਪਹਿਲਾਂ ਹੋਸਪਿਟਲ ਛੋਟਾ ਜਿਹਾ ਹੋਸਪਿਟਲ ਸੀ ਮੇਰੇ ਕੋਲ, ਹੌਲੀ 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 ਮੈਂ ਅਪਗ੍ਰੇਡ ਕਰਦਿਆਂ ਕਰਦਿਆਂ ਅਸੀਂ ਉਹਨੂੰ 25 ਬੈੱਡ ਦਾ ਹੋਸਪਿਟਲ ਬਣਾ ਲਿਆ। ਪਹਿਲਾਂ ਜਦੋਂ ਤਾਂ ਅਸੀਂ ਸਰਜਰੀ ਦਾ ਸਵਾਲ ਕਹਿੰਦੇ ਹੋ, ਪਹਿਲਾਂ ਓਪਨ ਸਰਜਰੀ ਜ਼ਿਆਦਾ ਫੈਸ਼ਨ 'ਚ ਹੁੰਦੀ ਸੀ, ਲੋਕ ਕਰਾ ਲੈਂਦੇ ਸੀਗੇ। ਹੌਲੀ ਹੌਲੀ ਟੈਕਨੋਲੋਜੀ ਚੇਂਜ ਹੋਣ ਦੇ ਨਾਲ ਨਾਲ ਜਿੱਦਾਂ ਹੁਣ ਜਿਹੜੀ ਸਭ ਤੋਂ ਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਸਰਜਰੀ ਹੁੰਦੀ ਆ, ਜਿਹਨੂੰ ਅਸੀਂ ਪੰਜਾਬੀ ਦੂਰਬੀਨ ਵਾਲੀ ਸਰਜਰੀ ਕਹਿ ਦਿੰਦੇ ਹਾਂ, ਉਹ ਸਰਜਰੀ ਜ਼ਿਆਦਾਤਰ ਲੋਕ ਪਿੱਤੇ ਦੀ ਸਰਜਰੀ ਕਰਨ ਲਈ ਗੋਲ ਬਲਡਰ ਸਰਜਰੀ ਜਿਹਨੂੰ ਕਹਿੰਦੇ, ਔਰ ਜਾਂ ਫਿਰ ਗੁਰਦੇ ਦੀਆਂ ਜਿਹੜੀਆਂ ਪੱਥਰੀਆਂ ਜਿਹੜੀਆਂ ਉਹ ਉਹਨਾਂ ਦੇ ਨਾਲ ਦੂਰਬੀਨ ਦੇ ਨਾਲ ਕੀਤੀਆਂ ਜਾਂਦੀਆਂ ਨੇ। ਸਾਰੇ ਹਰ ਜਿਹੜਾ ਪੇਸ਼ੈਂਟ ਹੈ ਚਾਹੁੰਦਾ ਕਿ ਮੇਰਾ ਜਿਹੜਾ ਹੋਸਪਿਟਲ ਦੇ ਵਿੱਚ ਸਟੇ ਘੱਟ ਹੋਏ। ਪਹਿਲੀ ਸਰਜਰੀ ਜਿਹੜੀ ਓਪਨ ਸਰਜਰੀ ਕਰਦੇ ਸੀ ਉਹਦੇ 'ਚ ਪੇਸ਼ੈਂਟ ਨੂੰ ਵੱਡਾ ਕੱਟ ਲਾਉਣਾ ਪੈਂਦਾ ਸੀ, ਪੇਸ਼ੈਂਟ ਦਾ ਸਟੇ ਵੱਧ ਜਾਂਦਾ ਸੀ, ਇਨਫੈਕਸ਼ਨ ਦੇ ਚਾਂਸਿਸ ਜ਼ਿਆਦਾ ਹੁੰਦੇ ਸੀ। ਲੇਕਿਨ ਹੁਣ ਜਿਹੜਾ ਹੈਗਾ ਜਿਹੜਾ ਅਸੀਂ ਦੂਰਬੀਨ ਨਾਲ ਕਰਦੇ ਹਾਂ ਉਹਦੇ 'ਚ ਛੋਟੇ ਛੋਟੇ 2-3 ਕੱਟ ਲੱਗਦੇ ਨੇ, ਜਿੱਦਾਂ ਪਿੱਤੇ ਦੀ ਸਰਜਰੀ ਲਗਾ ਲਓ ਤੁਸੀਂ ਅਤੇ ਉਹ ਪੇਟ ਦੇ ਉੱਪਰ ਸਿਰਫ 1-2 ਜਗ੍ਹਾ 'ਤੇ ਟਾਂਕੇ ਲੱਗਦੇ, ਇੱਕ ਟਾਂਕਾ ਲੱਗਦਾ ਅਤੇ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ ਦੂਜੇ ਦਿਨ ਜਿਹਦੇ ਹੋ ਜਾਂਦੀ ਹੈ ਅਤੇ ਉਹ ਪੇਸ਼ੈਂਟ ਜਿਹੜਾ ਆਪਣੇ ਕੰਮ ਕਾਜ 'ਤੇ ਜਲਦੀ ਚਲਾ ਜਾਂਦਾ। ਪੇਸ਼ੈਂਟ ਨੂੰ ਉਹ ਥੋੜ੍ਹਾ ਜਿਹੀ ਸਰਜਰੀ ਪਹਿਲੀ ਸਰਜਰੀ ਨਾਲੋਂ ਇਹ ਮਹਿੰਗੀਆਂ ਸਰਜਰੀਆਂ ਨੇ, ਲੇਕਿਨ ਜੇ ਅਸੀਂ ਕੰਪੇਅਰ ਕਰੀਏ ਪਹਿਲੀ ਸਰਜਰੀ ਅਤੇ ਦੂਸਰੀ ਸਰਜਰੀਆਂ ਦੇ ਵਿੱਚ ਜਿਹੜੀਆਂ ਇਹਨਾਂ ਦਾ ਜਿਹੜਾ ਸਟੇ ਹੋਸਪਿਟਲ 'ਚ ਘੱਟ ਜਾਂਦਾ ਔਰ ਆਪਣੇ ਕੰਮ 'ਤੇ ਜਲਦੀ ਚਲਾ ਜਾਂਦਾ, ਉਹਦੇ ਹਿਸਾਬ ਨਾਲ ਉਹਦੀ ਸਾਰੀ ਕੰਪਨਸੇਸ਼ਨ ਹੋ ਜਾਂਦੀ ਹੈ। ਸੋ ਅੱਜ ਕੱਲ੍ਹ ਅਸੀਂ ਜਿਹੜੀ ਹੈਗਾ ਇਹ ਲੈਪਰੋਸਕੋਪਿਕ ਸਰਜਰੀ ਇੱਥੇ ਸਾਡੇ ਹੋਸਪਿਟਲ 'ਚ ਹੁੰਦੀ ਹੈ, ਇਹ ਪਿੱਤੇ ਦੀ ਵੀ ਸਰਜਰੀ ਹੁੰਦੀ ਹੈ ਰੂਟੀਨ 'ਚ, ਔਰ ਜਿਹੜੀ ਕਿਡਨੀ 'ਤੇ ਸਟੋਨ ਹੈ ਜਾਂ ਪ੍ਰੋਸਟੇਟ ਦੀ ਸਰਜਰੀ ਹੈ ਉਹ ਵੀ ਸਾਡੇ ਯੂਰੋਲੋਜਿਸਟ ਅਸੀਂ ਹੁਣ ਕੱਲ੍ਹ ਰੱਖੇ ਨੇ ਵਾ ਕੇ ਕਰਦੇ ਨੇ ਅਤੇ ਬੜੇ ਅੱਛੇ ਰਿਜ਼ਲਟ ਦੇ ਰਹੇ ਨੇ। ਸਰ ਛੋਟੇ ਜਿਹੇ ਹੋਸਪਿਟਲ ਤੋਂ 25 ਬੈੱਡ ਦਾ ਹੋਸਪਿਟਲ ਬਣਾਇਆ ਔਰ ਪਹਿਲਾਂ ਜਿੱਦਾਂ ਤੁਸੀਂ ਖੁਦ ਆਪਣੀ ਸੇਵਾਵਾਂ ਦੇ ਰਹੇ ਸੀਗੇ ਐਜ ਏ ਸਰਜਨ ਔਰ ਉਹਦੇ ਨਾਲ ਨਾਲ ਹੁਣ ਅਸੀਂ ਦੇਖ ਰਹੇ ਹਾਂ ਕਿ ਇੱਥੇ ਹਰ ਤਰ੍ਹਾਂ ਦੀ ਟਸ਼ੀ ਕੇਅਰ, ਅਗਰ ਆਪਾਂ ਗੱਲ ਕਰ ਲਈਏ ਆਰਥੋਪੈਡਿਕ ਸਰਜਰੀਜ ਦੀ, ਹਾਰਟ ਦੇ ਡਾਕਟਰਾਂ ਦੀ ਗੱਲ ਕਰ ਲਈਏ, ਐਜ ਏ ਟਰੋਮਾ ਸੈਂਟਰ ਗੱਲ ਕਰ ਲਈਏ, ਤਾਂ ਇਹ ਇੱਕ ਬਿਲਕੁਲ ਜਦੋਂ ਬੰਦੇ ਨੇ ਜਲੰਧਰ ਜਾਣਾ ਹੈਗਾ ਤੇ ਬਿਲਕੁਲ ਮੇਨ ਦੇ ਉੱਪਰ ਇਹ ਸਥਿਤ ਹੈਗਾ ਔਰ ਸੈਂਕੜੇ ਦੀ ਗਿਣਤੀ ਦੇ ਵਿੱਚ ਪੇਸ਼ੈਂਟ ਜਿਹੜੇ ਹੈਗੇ ਟਰੋਮਾ ਦੇ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਹੋਸਪਿਟਲ ਦੇ ਚੁੱਕਿਆ, ਕੀ ਕਹਿਣਾ ਚਾਹੋ? ਤੁਹਾਡਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਅਸੀਂ ਇੱਥੇ ਮਲਟੀ ਸਪੈਸ਼ਲਿਟੀ ਟਰਸਟੀ ਕੇਅਰ ਹੋਸਪਿਟਲ ਟਾਊਨ ਲੈਵਲ 'ਤੇ ਚਲਾਉਣਾ ਇੱਕ ਔਖੀ ਗੱਲ ਹੈ, ਲੇਕਿਨ ਮੇਰੇ ਕੋਲ ਜਿਹੜੇ ਐਕਸਪਰਟ ਨੇ, ਇੱਕ ਤਾਂ ਹਾਰਟ ਦੇ ਡਾਕਟਰ ਨੇ ਡਾਕਟਰ ਰਵਦੀਪ ਸਿੰਘ MD ਮੈਡੀਸਨ ਨੇ, ਅਤੇ ਉਹ ਸਾਡੇ ਕੋਲ ਇੱਕ 10 ਬੈੱਡ ਦਾ ਤਕਰੀਬਨ ICU ਹੈ ਜਿਹੜਾ ਰਾਊਂਡ ਦੀ ਕਲਾਕ ਸਾਡੇ ਡਾਕਟਰ ਅਵੇਲੇਬਲ ਹੁੰਦੇ ਨੇ ਅਤੇ ਅਸੀਂ ਟਰੋਮਾ ਜਿਹੜਾ ਹੈ ਇਮੀਡੀਏਟਲੀ ਜਿਹੜਾ ਟਰੋਮਾ ICU 'ਚ ਲੈ ਕੇ ਉਹਨੂੰ ਅਸੀਂ ਰਸਸੀਟੇਟ ਕਰਦੇ, ਉਹਦੀ ਰਿਕਵਰੀ ਕਰ ਦਿੰਦੇ ਹਾਂ ਅਤੇ ਰਾਊਂਡ ਦੀ ਕਲਾਕ ਸਾਡੇ ਕੋਲ ਕੋਈ ਨਾ ਕੋਈ ਜਿਹੜਾ ਉਹ ਐਮਰਜੈਂਸੀ ਦੇਖਣ ਵਾਸਤੇ ਡਾਕਟਰ ਦਿੰਦੇ ਨੇ। ਦੂਸਰਾ ਜਿਹੜਾ ਹੈ ਉਹਦੇ ਇਲਾਵਾ ਜਿਹੜੀਆਂ ਅਸੀਂ ਫੈਸਿਲਿਟੀਜ਼ ਹੋਸਪਿਟਲ ਨੂੰ ਦਿੱਤੀਆਂ ਨੇ, ਅਸੀਂ ਸਾਡੇ ਕੋਲ ਡਾਇਲਸਿਸ ਹੈ 6 ਬੈੱਡ ਦਾ ਡਾਇਲਸਿਸ ਹੈ ਜਿਹੜਾ ਰਾਊਂਡ ਦੀ ਕਲਾਕ 24 ਆਰ ਅਸੀਂ ਜੇ ਕਿਸੇ ਨੂੰ ਐਮਰਜੈਂਸੀ 'ਚ ਵੀ ਡਾਇਲਸਿਸ ਕਰਨਾ ਪੈ ਜਾਏ ਤਾਂ ਉਹ ਡਾਇਲਸਿਸ ਜਿਹੜਾ ਅਸੀਂ ਕਰ ਦਿੰਦੇ। ਸੋ ਇਹ ਸਹੂਲਤਾਂ ਜਿਹੜੀਆਂ ਅਸੀਂ ਹੌਲੀ ਹੌਲੀ ਸਮੇਂ ਦੇ ਨਾਲ ਐਡ ਕਰਦੇ ਗਏ। ਟਰੋਮਾ ਜਿਹੜਾ ਹੈ ਸਾਡੇ ਕੋਲ ਆਰਥੋਪੀਡੀਸ਼ਨ ਨੇ ਡਾਕਟਰ ਜਤਿਨ ਬਨਾਲ ਬੜੇ ਐਕਸਪਰਟ ਨੇ, ਉਹਨਾਂ ਨੇ ਰਾਮ ਮਨੋਹਰ ਲੋਹੀਆ ਹੋਸਪਿਟਲ ਤੋਂ ਟ੍ਰੇਨਿੰਗ ਲਈ ਹੈ ਅਤੇ ਉਹ ਅੱਛੀ ਆਰਥੋਪੀਡਿਕ ਜਿਹੜੀ ਸਰਜਰੀ ਹੈ ਉਹ ਇੱਥੇ ਕਰ ਰਹੇ ਨੇ ਅਤੇ
ਜਨਰਲ ਸਰਜਰੀ ਤੇ ਅਸੀਂ ਮੈਂ ਕਰਦਾ ਹੀ ਹੈਗਾ ਸੋ ਸਾਡੇ ਨਾਲ ਹਾਰਟ ਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਤੇ ਆਰਥੋਪੀਡੀਸ਼ੀਅਨ ਵੀ ਨੇ ਤੇ ਰੀਸੈਂਟਲੀ ਅਸੀਂ ਜਿਹੜਾ ਹੈਗਾ ਉਹ ਐਡੀਸ਼ਨ ਅਸੀਂ ਹੋਸਪਿਟਲ ਦੇ ਟਾਈਮ ਦੇ ਨਾਲ ਅਸੀਂ ਐਡੀਸ਼ਨ ਕਰਦੇ ਰਹਿੰਦੇ ਹਾਂ ਸਾਡੇ ਕੋਲ ਡਿਜੀਟਲ ਐਕਸਰੇ ਮਸ਼ੀਨ ਹੈ ਹੁਣ ਅਸੀਂ ਥੋੜ੍ਹੇ ਦਿਨਾਂ ਤੱਕ ਸਾਡੇ ਜਿਹੜੀ ਹੈਗੀ ਆ ਉਹ ਸੀ ਟੀ ਸਕੈਨ ਜਿਹੜੀ ਅਸੀਂ ਉਹ ਲਗਾਉਣ ਜਾ ਰਹੇ ਹਾਂ ਉਹ ਦਿਨਾਂ ਦੀ ਗੱਲ ਹਫ਼ਤੇ ਦਸ ਦਿਨ ਤੱਕ ਜਿਹੜੀ ਸਾਡੀ ਸੀ ਟੀ ਸਕੈਨ ਉਹ ਵਰਕਿੰਗ ਹੋ ਜਾਏਗੀ ਸੋ 24 ਘੰਟੇ ਲੈਬ ਹੈ ਸਾਡੇ ਕੋਲ ਸੋ ਇਹਨਾਂ ਫੈਸਿਲਿਟੀ ਦੇ ਨਾਲ ਅਸੀਂ ਹੌਲੀ ਹੌਲੀ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਅੰਡਰ ਸਭ ਕੋਰੋਨਾ ਦੇ ਐਪੀਡੈਮਿਕ ਦੇ ਵਿੱਚ ਇਸ ਹਸਪੀਟਲ ਨੇ ਬਹੁਤ ਸੇਵਾ ਕੀਤੀ ਵੈਂਟੀਲੇਟਰ ਇੱਥੇ ਅਵੇਲੇਬਲ ਨੇ ICU ਇੱਥੇ ਅਵੇਲੇਬਲ ਨੇ ਔਰ ਤੁਸੀਂ ਫਰੰਟ ਵੇਰੀਅਰ ਦੇ ਤੌਰ ਦੇ ਉੱਤੇ ਸੇਵਾਵਾਂ ਦਿੱਤੀਆਂ ਡਾਕਟਰਸ ਤੁਹਾਡੇ ਜਿਹੜੇ ਹੈਗੇ ਆ ਉਹਨਾਂ ਨੇ ਰਾਊਂਡ ਦੀ ਕਲੋਕ ਲੋਕਾਂ ਨੂੰ ਸਰਵਿਸ ਦਿੱਤੀ ਔਰ ਘਰੇ ਬੈਠਿਆਂ ਨੂੰ ਤੁਸੀਂ ਕਈ ਪੇਸ਼ੈਂਟਸ ਜਿਹੜੇ ਤੁਹਾਡੇ ਮਤਲਬ ਘਰੇ ਬੈਠ ਕੇ ਠੀਕ ਹੋ ਸਕਦੇ ਤੁਸੀਂ ਉਹਨਾਂ ਨੂੰ ਵੀ ਗਾਈਡ ਕੀਤਾ ਕੀ ਕਹਿਣਾ ਚਾਹੋਗੇ ਕਿ ਹੁਣ ਕੋਰੋਨਾ ਤੋਂ ਬਾਅਦ ਵਿੱਚ ਜਿਹੜੀ ਅੱਜ ਕੱਲ੍ਹ ਡੇਂਗੂ ਦਾ ਜਿਹੜਾ ਹੈਗਾ ਪ੍ਰਕੋਪ ਵਧਣ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਦੇਖੋ ਕਰੋਨਾ ਜਿਹੜਾ ਕਰੋਨਾ ਦੇ ਵਿੱਚ ਸਾਰੇ ਨੇ ਬਹੁਤ ਜਿਹੜੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਜਿਹੜਾ ਸਾਰਾ ਸਾਡਾ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਅਸੀਂ ਕਰੋਨਾ ਦੇ ਪੇਸ਼ੈਂਟ ਵਾਸਤੇ ਸਾਡੇ ਕੋਲ ਸੈਪਰੇਟ ਬੈੱਡ ਸੀਗੇ ਅਤੇ ਸਾਡੀ ਜਿਹੜੀ ਹੈ ਅਸੀਂ ਫੁੱਲ ਹਾਰਟਲੀ ਟ੍ਰੀਟਮੈਂਟ ਦੇ ਕੇ ਮਰੀਜ਼ ਜਿਹੜੇ ਆ ਸਾਡੇ ਸਾਰੇ ਰਿਕਵਰ ਹੋ ਕੇ ਗਏ ਇੱਥੋਂ ਅਤੇ ਉਹ ਜਿਸ 'ਚ ਸਾਡੀ ਮੋਰਟੈਲਿਟੀ ਰੇਟ ਜਿਹੜਾ ਸੀ ਬਹੁਤ ਘੱਟ ਸੀ ਅਤੇ ਜਿੱਥੋਂ ਤੱਕ ਹੁਣ ਡੇਂਗੂ ਦਾ ਸਵਾਲ ਹੈ ਡੇਂਗੂ ਦੇ ਵਿੱਚ ਪੇਸ਼ੈਂਟ ਜ਼ਰੂਰ ਆ ਰਹੇ ਨੇ ਸਾਡੇ ਕੋਲ ਐਮਡੀ ਮੈਡੀਸਨ ਨੇ ਉਹ ਟ੍ਰੀਟ ਕਰ ਰਹੇ ਨੇ ਪਰ ਜਿਹੜੀਆਂ ਸਾਨੂੰ ਅਸੀਂ ਡੇਂਗੂ ਤੋਂ ਬਚਣ ਵਾਸਤੇ ਸਾਨੂੰ ਆਪਣਾ ਆਲਾ ਦੁਆਲਾ ਜਿਹੜਾ ਹੈ ਹੁਣ ਵੀ ਕੇਅਰ ਕਰਨੀ ਚਾਹੀਦੀ ਹੈ ਆਲਾ ਦੁਆਲਾ ਜਿਹੜਾ ਫਰੈਸ਼ ਵਾਟਰ ਕਿਉਂਕਿ ਫਰੈਸ਼ ਵਾਟਰ 'ਤੇ ਬੈਠਦਾ ਜਿੱਦਾਂ ਗਮਲੇ ਆ ਗਮਲਿਆਂ ਦਾ ਪਾਣੀ ਵਾਟਰ ਕੂਲਰ ਦਾ ਪਾਣੀ ਔਰ ਬਰਸਾਤ ਦੇ ਬਾਅਦ ਜਿਹੜਾ ਪਾਣੀ ਖੜਾ ਉਹ ਸਾਨੂੰ ਡਰੇਨ ਆਊਟ ਕਰ ਦੇਣਾ ਚਾਹੀਦਾ ਉਹਨੂੰ ਰੱਖਣਾ ਨਹੀਂ ਚਾਹੀਦਾ ਉੱਥੇ ਹੀ ਉਹ ਮੱਛਰ ਪਲਦਾ ਅਤੇ ਉੱਥੋਂ ਹੀ ਉਹ ਜ਼ਿਆਦਾ ਫੈਲਦਾ ਸੋ ਡੇਂਗੂ ਅਗਰ ਹੋ ਜਾਏ ਉਹਦੀ ਟ੍ਰੀਟਮੈਂਟ ਸਟੈਂਡਰਡ ਹੈ ਨਾ ਪ੍ਰੀਵੈਂਸ਼ਨ ਇਜ਼ ਕਹਿੰਦੇ ਨੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਅਤੇ ਜਿਹੜੀ ਉਹਦੀ ਪ੍ਰੀਵੈਂਸ਼ਨ ਆ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਾਂ ਕਿ ਜਿਹੜੀ ਹੈ ਉਹ ਸਾਨੂੰ ਪ੍ਰੀਵੈਂਸ਼ਨ ਤੋਂ ਹੀ ਜ਼ਿਆਦਾ ਕਰਨਾ ਚਾਹੀਦਾ ਨਾ ਕਿ ਇੱਕ ਪੇਸ਼ੈਂਟ ਜਦੋਂ ਡੇਂਗੂ ਦਾ ਪੇਸ਼ੈਂਟ ਡੇਂਗੂ ਜੇ ਅਗਰ ਉਹਨੂੰ ਹੈਮਰੈਜਿਕ ਫੀਵਰ ਹੋ ਜਾਏ ਹੈਮਰੇਜ ਸ਼ੁਰੂ ਹੋ ਜਾਂਦੇ ਫਿਰ ਉਹਦੇ ਜਿਹੜੀ ਮੋਰਟੈਲਿਟੀ ਵੱਧ ਜਾਂਦੀ ਹੈ ਸੋ ਪ੍ਰੀਵੈਂਸ਼ਨ ਜਿਹੜੀ ਹੈ ਉਹ ਕਰਨਾ ਚਾਹੀਦਾ ਦੱਸਾਂ 24 ਅਵਰੇ ਹੋਸਪਿਟਲ ਉਹਦੇ 'ਚ ਐਂਬੂਲੈਂਸ ਦੀ ਸੁਵਿਧਾ ਇਹ 'ਚ ਚਾਹੇ ਰਾਤ ਨੂੰ ਕੋਈ 12 ਵਜੇ ਆ ਜਾਏ 2 ਵਜੇ ਆ ਜਾਏ ਪੇਸ਼ੈਂਟ ਹਮੇਸ਼ਾ ਜਿਹੜਾ ਹੈ ਹੋਸਪਿਟਲ ਲੋਕਾਂ ਦੇ ਨਾਲ ਖੜਾ ਹੈਗਾ ਔਰ ਸੇਵਾ ਦਾ ਪੁੰਜ ਬਣ ਕੇ ਔਰ ਰਾਤ ਨੂੰ ਵੀ ਜਿਹੜੇ ਔਨ ਕਾਲ ਡਾਕਟਰ ਜਿੱਦਾਂ ਤੁਸੀਂ ਕਾਉਂਸਲਿੰਗ ਕਰਦੇ ਹੋ ਆਪਣੇ ਡਾਕਟਰ ਨੂੰ ਵੀ ਆਪਾਂ ਸੇਵਾ ਕਰਨੀ ਹੈ ਭਾਈ ਇਸ ਪਿੰਡ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਸੇਵਾ ਕਰਨੀ ਤੁਸੀਂ ਸੇਵਾ ਦਾ ਮਾਡਲ ਲੈ ਕੇ ਆਏ ਸੀਗੇ ਔਰ ਬੇਟੇ ਨੇ ਵੀ ਅੱਜ ਮੋਹਾਲੀ ਵਿਖੇ ਜਿਹੜਾ ਹੈਗਾ ਭੀੜਾਂ ਪਾਤੀਆਂ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਆਪਣਾ ਇੱਕ ਸਪੈਸ਼ਲਾਈਜੇਸ਼ਨ ਦੇ ਵਿੱਚ ਸੇਵਾ ਕਰ ਰਿਹਾ ਕੀ ਕਹਿਣਾ ਚਾਹੋ ਦੇਖੋ ਜੀ ਸਾਡਾ ਜਿਹੜਾ ਮੈਂ ਤਕਰੀਬਨ 1990 ਦਾ ਇੱਥੇ ਬੈਠਾ ਅਤੇ ਮੈਨੂੰ ਇੱਥੇ 30-31 ਸਾਲ ਹੋ ਚੱਲੇ ਨੇ ਅਤੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਲੋਕਾਂ ਦੀ ਸੇਵਾ ਵੀ ਕਰਦਾ ਕਦੀ ਕਿਸੇ ਨੂੰ ਨਾਂਹ ਨਹੀਂ ਕਰੀਦੀ ਜਦੋਂ ਕੋਈ ਵੇਲੇ ਕੁਵੇਲੇ ਵੀ ਹੈ ਔਰ ਜਿਹੜੇ ਗਰੀਬ ਪੇਸ਼ੈਂਟ ਉਹਨਾਂ ਦੀ ਮਦਦ ਵੀ ਕਰੀਦੀ ਹੈ ਬੇਟਾ ਮੇਰਾ ਹੈ ਉਹਨੇ ਐਮਸੀਐਚ ਪਲਾਸਟਿਕ ਸਰਜਰੀ ਕੀਤੀ ਔਰ ਸੁਹਾਣਾ ਹੋਸਪਿਟਲ ਚੈਰੀਟੇਬਲ ਹੋਸਪਿਟਲ ਜਿਹੜਾ ਹੈਗਾ ਮੋਹਾਲੀ ਉੱਥੇ ਉਹ ਐਜ਼ ਏ ਪਲਾਸਟਿਕ ਸਰਜਨ ਵਰਕ ਕਰ ਰਿਹਾ ਬੜਾ ਅੱਛਾ ਲੱਗਦਾ ਇੱਥੇ ਵੀ ਆ ਕੇ ਉਹ ਸਾਡੀ ਪਲਾਸਟਿਕ ਸਰਜਰੀ ਦੇ ਪੇਸ਼ੈਂਟਸ ਨੂੰ ਅਟੈਂਡ ਕਰ ਰਿਹਾ ਯੂ ਆਰ ਐਨ ਇੰਸਟੀਟਿਊਸ਼ਨ ਦੇਰ ਆਰ ਲੌਂਗ ਲੌਂਗ ਡਾਟਾ ਯੂ ਹੈਵ ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਤੇ ਪਹਿਲਾਂ ਤਾਂ ਵਰਲਡ ਹਾਰਟ ਡੇ ਹੈ ਜਿਹਦੇ ਲਈ ਤੁਸੀਂ ਵੀ ਹਾਰਟ ਦੀ ਜਿਹੜੀਆਂ ਸੇਵਾਵਾਂ ਕਮਲ ਹੋਸਪਿਟਲ ਦੇ ਰਿਹਾ ਹੈਗਾ ਤੇ ਤੁਹਾਨੂੰ ਵੀ ਵਧਾਈ ਹੋਵੇ ਕਿਉਂਕਿ ਲੋਕ ਅਵੇਅਰ ਨਹੀਂ ਸੀ ਕਿਸੇ ਟਾਈਮ ਤੇ ਹਾਰਟ ਦੇ ਔਰ ਅੱਜ ਮੈਟਰਨਿਟੀ ਤੁਸੀਂ ਜਿਸ ਤਰੀਕੇ ਨਾਲ ਡਾਕਟਰਸ ਨੇ ਬਹੁਤ ਜ਼ਿਆਦਾ ਜਿਹੜੀ ਆ ਚੀਜ਼ ਖਤਰਨਾਕ ਹੁੰਦੀ ਜਦੋਂ ਕਹਿੰਦੇ ਹਾਰਟ ਅਟੈਕ ਹੋ ਗਿਆ ਤਾਂ ਬੰਦਾ ਮਰੀ ਜਾਊ ਲੇਕਿਨ ਉਹਨੂੰ ਵੀ ਤੁਸੀਂ ਬਚਾ ਕੇ ਉਹਨਾਂ ਨੂੰ ਵੀ ਇੱਕ ਨਵੀਆਂ ਜ਼ਿੰਦਗੀਆਂ ਦੇ ਕੇ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਿਮਾਰੀਆਂ ਜਿਹੜੀਆਂ ਹਾਰਟ ਦੀਆਂ ਬਿਮਾਰੀਆਂ ਉਹਦੇ ਵਾਸਤੇ ਵੀ ਜਿਹੜਾ ਹੈਗਾ ਉਹ ਪ੍ਰੀਵੈਂਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਫਿਰ ਹਾਰਟ ਦੀਆਂ ਬਿਮਾਰੀਆਂ ਇਨਸਾਨ ਨੂੰ ਹੋ ਜਾਂਦੀ ਉਹਦੀ ਵੀ ਟ੍ਰੀਟਮੈਂਟ ਬੜੀ ਔਖੀ ਹੁੰਦੀ ਹੈ ਸਾਨੂੰ ਰੈਗੂਲਰ ਐਕਸਰਸਾਈਜ਼ ਔਰ ਡਾਇਟ ਦਾ ਜਿਹੜਾ ਹੈਗਾ ਸਾਡਾ ਬਹੁਤ ਕੰਟਰੋਲ ਚਾਹੀਦਾ ਉਹ ਅਗਰ ਬੰਦਾ ਦੋ ਚੀਜ਼ਾਂ ਹੀ ਕਰ ਲਏ ਡਾਇਟ ਐਂਡ ਐਕਸਰਸਾਈਜ਼ ਇਹਨਾਂ 'ਤੇ ਇਹਨਾਂ 'ਤੇ ਜ਼ਿਆਦਾ ਜ਼ੋਰ ਦੇ ਤਾਂ ਅਸੀਂ ਹਾਰਟ ਦੀਆਂ ਬਿਮਾਰੀਆਂ ਤੋਂ ਜਿਹੜਾ ਕਾਫ਼ੀ ਬਚ ਸਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਪੰਜਾਬ ਚੈਨਲ ਦਾ ਮੈਂ ਬਹੁਤ ਜ਼ਿਆਦਾ ਆਭਾਰੀ ਹਾਂ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਪਬਲਿਕ ਦੇ ਰੂਬਰੂ ਥੈਂਕ ਯੂ ਵੈਰੀ ਮਚ